आम आदमी पार्टी ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਲੀਡਰ ਆਫ ਆਪੋਜੀਸ਼ਨ ਹਰਪਾਲ ਸਿੰਘ ਚੀਮਾ ਸਾਡੇ ਨਾਲ ਮੌਜੂਦ ਹੈ। ਸਿਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਿਰ ਬੈਠਕਾਂ ਦਾ ਸਿਲਸਿਲਾ ਸਰਕਾਰ ਅਤੇ ਕਿਸਾਨਾਂ ਦਾ ਜਾਰੀ ਹੈ। ਕੱਲ ਜੋ ਕੁਝ ਹੋਇਆ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਮੈਂ ਸਮਝਦਾ ਕੱਲ ਜਿਹੜਾ ਹੈਗਾ ਬੀਜੇਪੀ ਕਿਤੇ ਨਾ ਕਿਤੇ ਥੋੜਾ ਬਹੁਤਾ ਜਿਹੜਾ ਹੈਗਾ ਚੁੱਕਣ ਦਾ ਉਹਨੇ ਇਸ਼ਾਰਾ ਕੀਤਾ ਗਾ, ਔਰ ਜਿਹੜੇ ਦੋ ਬਿੱਲ ਸੀ ਉਹ ਵਾਪਸ ਲੈਣ ਦੀ ਗੱਲ ਕੀਤੀ ਆ। ਔਰ ਮੈਨੂੰ ਪੂਰਨ ਆਸ ਆ ਕਿ ਜਿਹੜਾ ਆਉਣ ਵਾਲੀ ਮੀਟਿੰਗ ਆ ਉਹਦੇ ਵਿੱਚ ਤਿੰਨ ਬਿੱਲ ਨੇ ਜਿਹੜੇ ਮੈਂ ਸਮਝਦਾ ਦੇਸ਼ ਦੇ ਲੋਕਾਂ ਦੇ ਵਿਰੁੱਧ ਨੇ ਗੇ, ਦੇਸ਼ ਦੇ ਕਿਸਾਨਾਂ ਦੇ ਵਿਰੁੱਧ ਨੇ ਗੇ, ਉਹ ਤੁਰੰਤ ਵਾਪਸ ਹੋਣਗੇ। ਔਰ ਬੀਜੇਪੀ ਜਿਹੜੀ ਹੈਗੀ ਆ ਉਹ ਅਡਾਨੀਆਂ ਅਵਾਨੀਆਂ ਦਾ ਪੱਲਾ ਛੱਡੂਗੀ, ਅਡਾਨੀਆਂ ਅਵਾਨੀਆਂ ਦੀ ਕੰਪਨੀ ਛੱਡੂਗੀ, ਕਾਰਪੋਰੇਟ ਘਰਾਂ ਦੀ ਕੰਪਨੀ ਛੱਡੂਗੀ, ਔਰ ਆਮ ਲੋਕਾਂ ਨਾਲ ਖੜੂਗੀ। ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਕਾਫੀ ਵਿਰੋਧ ਹੋ ਰਿਹਾ। ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਗਠਜੋੜ ਵੀ ਹੈ ਜਿਹੜਾ ਟੁੱਟ ਗਿਆ। ਤੁਹਾਨੂੰ ਲੱਗਦਾ ਕਿ ਇਹ ਜਿਹੜੇ ਸਰਕਮਸਟਾਂਸਿਸ ਨੇ ਇਹਦਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਅਗਲੀਆਂ ਚੋਣਾਂ ਦੇ ਵਿੱਚ ਫਾਇਦਾ ਹੋ ਸਕਦਾ? ਦੇਖੋ, ਅੱਜ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਗਾ ਕਿ ਅਕਾਲੀ ਦਲ ਤੇ ਬੀਜੇਪੀ ਜਿਹੜਾ ਹੈਗਾ ਉਹ ਪੰਜਾਬ ਵਿਰੋਧੀ ਜਮਾਤਾਂ ਨੇ ਗੀਆਂ, ਔਰ ਇਹ ਬਿਲਕੁਲ ਜਿਹੜਾ ਅਕਾਲੀ ਦਲ 1920 ਚ ਬਣਿਆ ਸੀਗਾ ਉਹਦਾ ਜਿਹੜਾ ਭੋਗਾ ਉਹਦਾ ਖਾਤਮਾ 1920 ਚ ਹੋ ਚੁੱਕਿਆ ਗਾ। ਦੇਖੋ, ਮੈਂ ਸਮਝਦਾ ਕਿ 2017 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਇਲੈਕਸ਼ਨ ਲੜੀ ਤਾਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਭਰਪੂਰ ਸਮਰਥਨ ਦਿੱਤਾ, ਔਰ ਆਮ ਆਦਮੀ ਪਾਰਟੀ ਸੈਕੰਡ ਨੰਬਰ ਦੀ ਪਾਰਟੀ ਫਸਟ ਟਾਈਮ ਇਲੈਕਸ਼ਨ ਲੜ ਕੇ ਉਭਰ ਕੇ ਸਾਹਮਣੇ ਆਈ, ਔਰ ਮੈਂ ਸਮਝਦਾ ਬਹੁਤ ਵੱਡਾ ਸਮਰਥਨ ਸੀਗਾ। ਔਰ 2022 ਦੇ ਵਿੱਚ ਜਦੋਂ ਇਲੈਕਸ਼ਨ ਹੋਣ ਜਾ ਰਹੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਗਾ ਕਿ ਪੰਜਾਬ ਨੂੰ ਜੇਕਰ ਬਚਾ ਸਕਦੀ ਆ ਤਾਂ ਉਹ ਆਮ ਆਦਮੀ ਪਾਰਟੀ ਆ, ਕਿਉਂਕਿ ਨਹੀਂ ਅੱਜ ਪੰਜਾਬ ਦੇ ਉੱਤੇ 3.25 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਤੇ ਹੋ ਚੁੱਕਿਆ। ਔਰ ਪੰਜਾਬ ਦੇ ਵਿੱਚ ਜਿਹੜੇ ਮਾਫੀਆ ਰਾਜ ਸੀਗਾ, ਜਿਹੜਾ ਮਾਫੀਆ ਰਾਜ 2017 ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਚਲਾਉਂਦਾ ਹੁੰਦਾ ਸੀਗਾ, ਉਹ ਮਾਫੀਆ ਰਾਜ ਜਿਹੜਾ ਹੈਗਾ ਕੈਪਟਨ ਸਾਹਿਬ ਚਲਾ ਰਹੇ ਨੇ। ਅੱਜ ਪੰਜਾਬ ਦੀ ਜਿਹੜੀ ਜਵਾਨੀ ਆ ਪੰਜਾਬ ਨੂੰ ਛੱਡ ਕੇ ਜਾ ਰਹੀ ਆ, ਔਰ ਪੰਜਾਬ ਦੀ ਕਿਸਾਨੀ ਸੰਘਰਸ਼ ਤੇ ਰਾਹ ਪਈ ਹੋਈ ਆ। ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਗਾ, ਚਾਹੇ ਉਹ ਕਾਂਗਰਸ ਆ, ਚਾਹੇ ਉਹ ਅਕਾਲੀ ਦਲ ਆ, ਚਾਹੇ ਉਹ ਬੀਜੇਪੀ ਆ, ਇਹ ਤਿੰਨੇ ਜਮਾਤਾਂ ਜਿਹੜੀਆਂ ਹੈਗੀਆਂ ਨੇਗੀਆਂ ਇਹ ਪੂੰਜੀਪਤੀ ਦੀਆਂ ਜਮਾਤਾਂ ਨੇਗੀਆਂ, ਇਹ ਅਡਾਨੀ ਅਵਾਨੀ ਜਮਾਤਾਂ ਨੇਗੀਆਂ। ਸੋ ਇਹਨਾਂ ਦਾ ਖਾਤਮਾ ਜਿਹੜਾ ਹੈਗਾ 2022 ਚ ਆਇਆ। ਬਿਲਕੁਲ 2022 ਦੇ ਵਿੱਚ ਆਮ ਆਦਮੀ ਪਾਰਟੀ ਬਿਲਕੁਲ ਜਿਹੜਾ ਹੈਗਾ ਜਿੱਤ ਕੇ ਪੰਜਾਬ ਵਿੱਚ ਇਹ ਮਾਫੀਆ ਰਾਜ ਦਾ ਖਾਤਮਾ ਕਰੂਗੀ, ਔਰ ਪੰਜਾਬ ਨੂੰ ਜਿਹੜੀ ਹੈਗੀਆਂ ਤਰੱਕੀ ਦੀਆਂ ਦਿਸ਼ਾਵਾਂ ਵੱਲ ਲੈ ਕੇ ਜਾਵਾਂਗੇ। ਤਿੰਨ ਕਿਸਾਨ ਜਿਹੜੇ ਦਿੱਲੀ ਆਏ ਨੇ ਉਸ ਦਿਨ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਸੀਗਾ ਕਿ ਕਿਸਾਨਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਊਗੀ, ਬਤੌਰ ਸੇਵਾਦਾਰ ਬਣ ਕੇ ਕਿਸਾਨਾਂ 'ਚ ਵਿਚਰਾਂਗੇ, ਚਾਹੇ ਸਭ ਤੋਂ ਪਹਿਲਾਂ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਬਾਰਡਰ ਦੇ ਉੱਤੇ, ਚਾਹੇ ਟਿੱਕਰੀ ਬਾਰਡਰ ਆ, ਚਾਹੇ ਸਿੰਘੂ ਬਾਰਡਰ ਆ, ਔਰ ਟਾਇਲਟਸ ਦਾ ਪ੍ਰਬੰਧ ਕੀਤਾ, ਔਰ ਖਾਣ ਪੀਣ ਦਾ ਲੰਗਰ ਦਾ ਪ੍ਰਬੰਧ ਕੀਤਾ, ਦਵਾਈਆਂ ਦਾ ਪ੍ਰਬੰਧ ਕੀਤਾ, ਗਰਮ ਕੱਪੜਿਆਂ ਦਾ ਪ੍ਰਬੰਧ ਕਰ ਰਿਹਾ ਲਗਾਤਾਰ, ਬਿਲਕੁਲ ਲੱਗੇ ਹੋਏ ਆ। ਔਰ ਜਦੋਂ ਦਿੱਲੀ ਦੀ ਜਿਹੜੀ ਕੇਂਦਰ ਦੀ ਸਰਕਾਰ ਆ ਭਾਜਪਾ ਦੀ, ਜਦੋਂ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਲੈਟਰ ਲਿਖਿਆ ਸੀਗਾ ਕਿ 9 ਜਿਹੜੇ ਸਟੇਡੀਅਮ ਨੇ ਉਹਨਾਂ ਨੂੰ ਜੇਲ੍ਹਾਂ 'ਚ ਤਬਦੀਲ ਕਰ ਦਿਓ, ਤਾਂ ਅਰਵਿੰਦ ਕੇਜਰੀਵਾਲ ਜੀ ਨੇ ਬਿਲਕੁਲ ਜਿਹੜਾ ਹੈਗਾ ਕਿਸਾਨ ਦੇ ਨਾਲ ਖੜੇ ਹੋਣ ਦੀ ਗੱਲ ਕੀਤੀ ਸੀਗੀ, ਔਰ ਜਿਹੜੀਆਂ 9 ਜੇਲ੍ਹਾਂ ਬਣਾਉਣ ਦੀ ਗੱਲ ਬੀਜੇਪੀ ਨੇ ਕੀਤੀ ਸੀ, 9 ਦੇ 9 ਜਿਹੜੇ ਹੈਗੇ ਨੇ ਉਹ ਬਿਲਕੁਲ ਉਹਨਾਂ ਦੀ ਪ੍ਰਪੋਜ਼ਲ ਜਿਹੜੀ ਆ ਬੀਜੇਪੀ ਦੀ ਰੱਦ ਕੀਤੀ ਸੀ। ਉਸ ਤੋਂ ਬਾਅਦ ਇੱਕ ਦਿਨ ਜਿਹੜੀ ਆ ਭੁੱਖ ਹੜਤਾਲ ਅਰਵਿੰਦ ਕੇਜਰੀਵਾਲ ਜੀ ਨੇ ਖੁਦ ਰੱਖੀ, ਉਹਨਾਂ ਦੇ ਸਾਥੀਆਂ ਨੇ ਰੱਖੀ, ਔਰ ਦਿੱਲੀ ਦੇ ਵਿੱਚ ਰੱਖੀ, ਸਾਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਰੱਖੀ। ਔਰ ਉਸ ਤੋਂ ਬਾਅਦ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਉਸ ਸੈਸ਼ਨ ਦੇ ਵਿੱਚ ਤਿੰਨੇ ਕਾਲੇ ਕਾਨੂੰਨ ਪਾੜੇ ਔਰ ਨਿੰਦਾ ਪ੍ਰਸਤਾਵ ਪਾਸ ਕੀਤਾ। ਸੋ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਬਤੌਰ ਸੇਵਾਦਾਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ, ਸਾਡੇ ਸੁਪਰੀਮੋ ਦੀ ਅਗਵਾਈ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਸੀ ਕਿਸਾਨ ਸੰਘਰਸ਼ ਦੀ ਹਮਾਇਤ ਵੀ ਕਰ ਰਹੇ ਹਾਂ ਔਰ ਉਹਨਾਂ ਦੇ ਸੇਵਾਦਾਰ ਵਜੋਂ ਵਿਚਰ ਵੀ ਰਹੇ ਹਾਂ। ਤਾਂ ਇਹ ਸਨ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਹਰਪਾਲ ਸਿੰਘ ਚੀਮਾ, ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਸਰਕਾਰ ਬਣਾਵੇਗੀ 2022 ਦੇ ਵਿੱਚ। ਇਸ ਦੇ ਨਾਲ ਹੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਭਾਜਪਾ ਸਭ ਦੇ ਉੱਪਰ ਹਮਲੇ ਵੀ, ਸ਼ਬਦੀ ਹਮਲੇ ਵੀ ਕੀਤੇ ਨੇ। ਅਰਸ਼ਦੀਪ ਕੌਰ, ETV ਭਾਰਤ, ਨਵੀਂ ਦਿੱਲੀ।